ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਫਤਿਹ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਸਰੀ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਹਦੇ ਵਿੱਚ ਮੈਂ ਜਿਹੜੀ ਗੱਲ ਸੁਣੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਬਣਾਇਆ ਜਿਹੜਾ ਮੰਗਵਾ ਕੇ ਲਗਾਇਆ ਜਾ ਰਿਹਾ ਮਹਿਰੋਲੀ ਪਾਰਕ ਵਿੱਚ ਅਤੇ 7.5 ਏਕੜ ਜਗ੍ਹਾ ਲਈ, ਇਹਦੇ ਬਾਰੇ ਜਿਹੜਾ ਇਹ ਸਾਰਾ ਤੁਸੀਂ ਦੇਖ ਰਹੇ ਹੋ, ਤੁਹਾਡੀ ਕਮਾਂਡ ਦੇ ਅੰਡਰ ਇਹ ਹੋ ਰਿਹਾ ਸਾਰਾ ਕੁਝ, ਇਹ ਦੱਸੋ ਤੁਸੀਂ ਕਿਵੇਂ ਕਿਵੇਂ ਤੁਸੀਂ ਇਹ ਸ਼ੁਰੂ ਕੀਤਾ, ਕਿੱਥੋਂ ਬੁੱਤ ਲਿਆਂਦਾ ਗਿਆ ਸਕਲਪਚਰ, ਜਿਹਦੇ ਨਾਲ ਇਹ ਸਕਲਪਚਰ ਜਿੱਥੇ ਲੱਗਿਆ ਹੋਏਗਾ। ਮੈਂ ਦੱਸਣਾ ਚਾਹਾਂਗੀ, ਪੋਗਲ ਸਾਹਿਬ ਦਾ ਬਹੁਤ ਵਧੀਆ ਇੱਕ ਮਿਸ਼ਨ ਹੈ ਕਿ ਅੱਜ ਅਸੀਂ ਦੇਖਦੇ ਹਾਂ ਸ਼ਿਵਾ ਜੀ ਮਰਾਠੇ ਦਾ ਬੁੱਤ ਲੱਗਾ ਹੋਇਆ ਅਤੇ ਸਾਡੇ ਬੱਚੇ ਪੁੱਛਦੇ ਨੇ ਕਿ ਇਹ ਕੌਣ ਹੈ। ਮਹਾਰਾਣੀ ਝਾਂਸੀ ਜਿਹੜੀ ਕਿ ਜਿਹਨੇ ਆਜ਼ਾਦੀ ਦੀ ਲੜਾਈ ਲੜੀ, ਪਰ ਸਾਡੇ ਕੋਲ ਸਿੰਗਲ ਵੀ ਐਵੇਂ ਜਿਹਾ ਸਕਲਪਚਰ ਨਹੀਂ ਹੈ ਜਿਹਦੇ ਨਾਲ ਸਾਡੇ ਬੱਚੇ ਸਾਡੇ 'ਤੇ ਕੁਐਸਚਨ ਪੁੱਟ ਕਰ ਸਕਣ। ਉਹਨਾਂ ਕੋਲ ਅਸੀਂ ਕੁਐਸਚਨ ਹੀ ਖਤਮ ਕਰ ਦਿੱਤਾ। ਬਹੁਤ ਵਧੀਆ ਤੁਸੀਂ, ਤੁਹਾਡਾ ਇਨੀਸ਼ੀਏਟਿਵ ਹੈ ਸਾਡੇ ਬੱਚਿਆਂ ਤੱਕ ਸਾਡਾ ਵਿਰਸਾ ਪਹੁੰਚਾਉਣ ਦੇ ਲਈ। ਅਤੇ ਇਹ ਬੁੱਤ ਕਿਵੇਂ ਸਟਾਰਟਿੰਗ ਕੀਤੀ ਗਈ, ਇਹਦੇ ਲਈ ਕੀ ਖਰਚਾ ਹੋਇਆ, ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਰਸਾ ਨੇ ਇਹ ਸੇਵਾ ਮੈਨੂੰ ਸੌਂਪੀ ਕਿ ਜੋ 7.5 ਏਕੜ ਪਾਰਕ ਜੋ ਸਾਨੂੰ ਸੈਂਟਰ ਗੌਰਮੈਂਟ ਨੇ ਦਿੱਤਾ ਉਹਨੂੰ ਅਸੀਂ ਤਿਆਰ ਕਰਨਾ ਹੈ। ਅਤੇ ਜਦ ਮੈਂ ਉਹ ਪਾਰਕ ਦੇਖਿਆ ਤਾਂ ਉਹ ਬਿਲਕੁਲ ਜੰਗਲ ਸੀ, ਹੈ ਪਾਰਕ ਸੀ ਮਗਰ ਉਹਦੀ ਸੰਭਾਲ ਬਿਲਕੁਲ ਨਹੀਂ ਸੀ। ਲੋਕ ਅੰਦਰ ਸਮੈਕ ਵਾਲੇ ਦੂਸਰੇ ਲੋਕ ਜਿਹੜੇ ਅੰਦਰ ਬਹਿੰਦੇ ਸੀ, ਬੁਰਾ ਹਾਲ ਸੀ ਗੰਦਗੀ ਦਾ। ਜਦ ਮੈਂ ਪਹਿਲੀ ਵਾਰ ਗਿਆ ਟੀਮ ਨੂੰ ਲੈ ਕੇ ਕਿ ਇੱਥੇ ਸਫਾਈ ਹੋਣੀ ਹੈ, ਉਸ ਟਾਈਮ ਉਹਦੇ ਅੰਦਰ ਨੀਲ ਗਾਏ, ਸੱਪ ਅਤੇ ਜੰਗਲੀ ਸੂਅਰ ਸੀ। ਪਹਿਲਾਂ ਸਾਡਾ ਮੇਨ ਇਹ ਸੀ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਏ। ਉਸ ਤੋਂ ਅੱਜ ਲਗਾਤਾਰ 1 ਮਹੀਨਾ ਹੋ ਗਿਆ ਉਸ ਪਾਰਕ ਦੀ ਜਿਹੜਾ ਰੱਖ ਰਖਾਓ ਹੈ, ਉਹਦੇ 'ਚ ਫਲ ਲਗਾਉਣੇ, ਉਸ ਤੋਂ ਬਾਅਦ ਫੁੱਲ ਲਗਾਉਣੇ, ਵੱਡੇ ਵੱਡੇ ਪੇੜ ਲਗਾਉਣੇ, ਉਹ ਕੰਮ 1 ਮਹੀਨੇ ਤੋਂ ਚਾਲੂ ਹੋਇਆ। ਅਤੇ ਉਹ ਜੂਨ ਦੀ 5 ਤਰੀਕ ਤੱਕ ਉਹ ਪਾਰਕ ਬਿਲਕੁਲ ਬਣ ਕੇ ਤਿਆਰ ਹੋ ਜਾਏਗਾ। ਰਹੀ ਗੱਲ ਬੁੱਤ ਦੀ, ਇਹ ਜੋ ਬੁੱਤ ਹੈ ਇਹ 3 ਮਹੀਨੇ ਵਿੱਚ ਤਿਆਰ ਹੋਣਾ ਹੈ। ਅਸੀਂ 28 ਤਰੀਕ ਨੂੰ ਉਹਨੂੰ ਦੂਸਰੀ ਵਾਰ ਦੇਖਣ ਜਾ ਰਹੇ ਹਾਂ ਗਵਾਲੀਅਰ ਦੇ ਵਿੱਚ, ਜਿਹਨੂੰ ਪ੍ਰਭਾਤ ਰਾਏ ਜੋ ਇੱਕ ਬਹੁਤ ਵੱਡੇ ਆਰਟਿਸਟ ਹਨ ਜਿਨ੍ਹਾਂ ਨੇ ਕਈ ਬੁੱਤ ਬਣਾਏ ਉੱਥੇ, ਜਦ ਮੈਂ ਗਿਆ ਆਪਣੀ ਟੀਮ ਦੇ ਨਾਲ ਉੱਥੇ ਕਈ ਬੁੱਤ ਮੈਂ ਗਵਾਲੀਅਰ, ਹਾਂ ਪੰਜਾਬ, ਹਾਂ ਜੀ ਪੰਜਾਬ ਸਰਕਾਰ ਨੇ ਚੱਪੜਚਿੜੀ ਵਿੱਚ ਜਿਹੜਾ ਬੁੱਤ ਲੱਗਾ ਹੈ ਉਹ ਵੀ ਪੰਜਾਬ ਸਰਕਾਰ ਨੇ ਗਵਾਲੀਅਰ ਤੋਂ ਬਣਾਇਆ ਸੀ। ਹੁਣ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰ ਸੁਖਬੀਰ ਸਿੰਘ ਬਾਦਲ ਨੇ ਇਹ ਜੋ ਬੁੱਤ ਬਣਦਾ ਪਿਆ ਗਵਾਲੀਅਰ ਦੇ ਵਿੱਚ, ਇਹ ਵੀ ਪੰਜਾਬ ਸਰਕਾਰ ਨੇ ਇਹਦਾ ਖਰਚਾ ਸਾਰਾ ਉਹਨਾਂ ਨੇ ਦਿੱਤਾ ਹੈ। ਬੁੱਤ ਜੋ ਹੈ ਬਣ ਕੇ ਹੁਣ ਮਤਲਬ 75% ਤਿਆਰ ਹੋ ਚੁੱਕਾ ਹੈ, ਹੁਣ ਉਹਨੂੰ ਉਹਦਾ ਫਾਈਨਲ ਟੱਚ ਜੋ ਹੈ ਉਹਨਾਂ ਨੇ ਦੇਣਾ ਹੈਗਾ। ਬਹੁਤ ਵੱਡੀ ਗੱਲ ਹੈ ਜਿੱਥੇ ਕਿ ਅਸੀਂ ਥੋੜੀ ਥੋੜੀ ਜਗ੍ਹਾ ਦੇ ਵਿੱਚ ਲੋਕ ਫਲੈਟ ਲੈ ਕੇ ਰਹਿ ਰਹੇ ਨੇ, ਥੋੜੀ ਜਗ੍ਹਾ ਲੈਣੀ ਹੈ, ਕਿੰਨੀ ਵੱਡਾ ਕੰਪਲੀਕੇਟਿਡ ਕੰਮ ਹੈਗਾ। ਪਰ ਸਾਡੀ ਗਵਰਨਮੈਂਟ ਨੇ, ਪੰਜਾਬ ਗਵਰਨਮੈਂਟ ਨੇ ਆਪਣੇ ਵਿਰਸੇ ਨੂੰ ਸਿੱਖਾਂ ਤੱਕ ਪਹੁੰਚਾਉਣ ਦੇ ਲਈ ਬੜਾ ਵੱਡਾ ਕਾਰਜ ਕੀਤਾ ਹੈ। ਦੂਸਰੀ ਗੱਲ ਇਹ ਹੈਗੀ ਹੈ ਇੱਥੇ ਇਹ ਦੇਸ਼ ਦੀ ਰਾਜਧਾਨੀ ਦਿੱਲੀ ਹੈ, ਇੱਥੇ ਸਿੱਖ ਕੌਮ ਦੀ ਇਤਨੀ ਵੱਡੀ ਕੁਰਬਾਨੀ ਹੈ, ਜਰਨੈਲਾਂ ਦੀ ਕੁਰਬਾਨੀ ਹੈ ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਚੜਾਏ, ਬੰਦਾ ਸਿੰਘ ਬਹਾਦਰ ਨੇ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹਨਾਂ ਸਾਰਿਆਂ ਦੀਆਂ, ਇਹਨਾਂ ਜਰਨੈਲਾਂ ਦੀਆਂ ਕੁਰਬਾਨੀਆਂ ਹਨ। ਮਗਰ ਇੱਥੇ 1 ਵੀ ਬੁੱਤ ਇਸ ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਹੀਂ ਲੱਗਾ। ਇੱਥੇ ਤਾਂ ਕਈ ਮਹਾਤਮਾ ਗਾਂਧੀ ਦੇ ਬੁੱਤ ਲੱਗੇ ਹਨ, ਸ਼ਿਵਾ ਜੀ ਦੇ ਲੱਗੇ, ਝਾਂਸੀ ਰਾਣੀ ਦੇ ਲੱਗੇ। ਇਹ ਪਹਿਲੀ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਗ੍ਹਾ ਲੈਣ ਦਾ ਉਪਰਾਲਾ ਕੀਤਾ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਰਸਾ ਨੇ। ਦੂਸਰੀ ਗੱਲ ਮੈਂ ਇਹ ਕਹਾਂਗਾ ਕਿ 1962 ਦੇ ਵਿੱਚ ਸਰ ਮਨਜੀਤ ਸਿੰਘ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਹੋਰਾਂ ਨੇ 1962 ਦੇ ਵਿੱਚ ਜਿੱਥੇ ਅੱਜ ਬੰਦਾ ਬਹਾਦਰ ਦਾ ਗੁਰਦੁਆਰਾ ਬਣਿਆ ਪਿਆ ਇਹ ਜਗ੍ਹਾ ਤਲਾਸ਼ਣ ਵਾਸਤੇ ਬੜਾ ਉਪਰਾਲਾ ਕੀਤਾ ਔਰ ਇਸ ਜਗ੍ਹਾ ਨੂੰ ਲੱਭਿਆ ਗਿਆ। ਅੱਜ ਉਸੇ ਤਰ੍ਹਾਂ ਮਨਜੀਤ ਸਿੰਘ ਜੀ ਕੇ ਜਿਹਨਾਂ ਦੇ ਪਿਤਾ ਨੇ ਇਤਿਹਾਸ ਰਚਿਆ ਉਸ ਟਾਈਮ, ਤੇ ਮੈਨੂੰ ਸਾਡਾ ਵਿਰਸਾ ਜਿਹੜਾ ਇੱਕ ਫੈਮਿਲੀ ਦੇ ਥਰੂ ਕਨਵਰ
ਬਹੁਤ ਚੁੱਕ ਆ ਹਾਂ ਰਿਹਾ ਹੈ। ਅੱਜ ਜਿਵੇਂ ਦੂਸਰੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਦੱਸ ਰਹੇ ਸੀ, ਮੈਂ ਤੁਹਾਨੂੰ ਇੱਥੇ ਹੀ ਰੋਕਣਾ ਚਾਹਾਂਗੀ ਕਿਉਂਕਿ ਮੇਰੇ ਮਨ ਵਿੱਚ ਵੀ ਇਹ ਬੜਾ ਚਾਅ ਸੀ ਕਿ ਮੈਂ ਪਤਾ ਕਰਾਂ, ਮੈਂ ਪੁੱਛਾਂ ਕਿ ਜਥੇਦਾਰ ਸੰਤੋਖ ਸਿੰਘ ਜੀ ਨੇ ਫਸਟ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਹੜਾ ਸਾਡੇ ਤੋਂ ਵਿਲੁਪਤ ਹੋ ਗਿਆ ਸੀ, ਅਸੀਂ ਇਹਨੂੰ ਸੰਭਾਲ ਨਹੀਂ ਸਕੇ ਸੀ, ਜਥੇਦਾਰ ਸੰਤੋਖ ਸਿੰਘ ਜੀ ਨੇ ਇਸ ਇਤਿਹਾਸ ਨੂੰ ਲਿਆਂਦਾ, ਮਿਲ ਕੇ ਗੁਰਦੁਆਰਾ ਸਾਹਿਬ ਬਣਾਇਆ। ਇਹ ਕਦੋਂ ਦੀ ਗੱਲ ਹੈ? 1962 ਦੇ ਵਿੱਚ ਇਸ ਗੁਰਦੁਆਰੇ ਦੀ ਜਗ੍ਹਾ ਦੀ ਤਲਾਸ਼ ਕੀਤੀ ਗਈ, ਉਸ ਤੋਂ ਬਾਅਦ ਉਹਨਾਂ ਨੇ ਬਣਾਇਆ। ਉਸ ਟਾਈਮ ਉਹ ਪ੍ਰਧਾਨ ਸੀ। ਅੱਜ ਮੇਰਾ ਖਿਆਲ 40-45 ਸਾਲ ਬਾਅਦ ਸਰਦਾਰ ਮਨਜੀਤ ਸਿੰਘ ਨੂੰ ਆਇਆ ਕਿ ਮੈਂ ਜਿੱਥੇ ਗੁਰਦੁਆਰਾ ਬਣਿਆ ਇੱਥੇ ਕੁਤਬ ਮੀਨਾਰ ਵੀ ਹੈ, ਲੋਕ ਆਉਂਦੇ ਨੇ ਬਾਹਰ ਮੁਲਕਾਂ ਤੋਂ, ਉਹ ਕੁਤਬ ਮੀਨਾਰ ਦੇਖਦੇ ਨੇ, ਉਹਦੀਆਂ ਫੋਟੋਆਂ ਖਿੱਚਦੇ ਨੇ, ਅਤੇ ਅਸੀਂ ਕਿਉਂ ਨਾ ਐਸਾ ਬੁੱਤ ਇਸੀ ਪਾਰਕ ਵਿੱਚ ਲਗਾਈਏ। ਅੱਜ ਸਿਰਫ ਉਹ ਸੈਲਫੀ ਦਾ ਜ਼ਮਾਨਾ ਹੈ, ਉਸ ਪਾਰਕ ਦੇ ਅੰਦਰ ਕੁਤਬ ਮੀਨਾਰ ਸਾਫ਼ ਨਜ਼ਰ ਆਉਂਦੀ ਹੈ, ਅਤੇ ਨਾਲ ਹੀ ਜੋ ਬੁੱਤ ਲੱਗੇਗਾ ਲੋਕ ਸੈਲਫੀ ਖਿੱਚਣਗੇ, ਪਹਿਲੇ ਬੰਦਾ ਬਹਾਦਰ ਦੀ ਫੋਟੋ ਆਏਗੀ, ਪਿੱਛੇ ਕੁਤਬ ਮੀਨਾਰ ਆਏਗੀ। ਇਹ ਇੱਕ ਐਸਾ ਸੰਦੇਸ਼ ਜਾਏਗਾ, ਐਸਾ ਸੰਦੇਸ਼ ਜਾਏਗਾ ਕਿ ਐਸਾ ਜਰਨੈਲ ਜਿਹਨੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਏ, ਉਹ ਕਿਹਦੇ ਵਾਸਤੇ? ਆਪਣੇ ਵਾਸਤੇ ਨਹੀਂ, ਇਸ ਸਮਾਜ ਲਈ, ਇਸ ਸੰਸਾਰ ਲਈ, ਕਿ ਆਉਣ ਵਾਲਾ ਇਤਿਹਾਸ ਜੋ ਹੈ, ਜਿੱਥੇ ਸਿੱਖ ਕੌਮ ਨੂੰ ਯਾਦ ਕਰਦਾ, ਉਸ ਜਰਨੈਲ ਨੂੰ ਯਾਦ ਕਰਦਾ, ਜਦ ਕੁਤਬ ਮੀਨਾਰ ਦੇਖਣ ਜਾਏਗਾ ਨਾ, ਅਤੇ ਉਹ ਪੁੱਛੇਗਾ ਬੱਚਾ, ਇਹ ਇੱਧਰ ਇਹ ਘੋੜੇ 'ਤੇ ਚੜ੍ਹੇ ਕੌਣ ਹੈ, ਜਿਸਕੇ ਪਾਸ ਕਿਰਪਾਨ ਹੈ, ਬਰਛਾ ਹੈ, ਉੱਪਰ ਪਗੜੀ ਹੈ? ਫਿਰ ਉਹ ਦੱਸਣਗੇ ਕਿ ਇਹ ਬੰਦਾ ਬਹਾਦਰ ਹੈ ਜਿਹਨੇ ਲਾਲ ਕਿਲ੍ਹੇ 'ਤੇ ਪਹਿਲੀ ਜੋ ਆਜ਼ਾਦੀ ਰਾਜ ਕਾਇਮ ਕੀਤਾ ਸੀ, ਔਰ ਆਜ਼ਾਦੀ ਜਿਹੜੀ ਸਭ ਤੋਂ ਪਹਿਲੇ ਬੰਦਾ ਬਹਾਦਰ ਨੇ ਦਿਲਾਈ ਸੀ, ਇਹ 1947 ਵਾਲੀ ਆਜ਼ਾਦੀ ਦੂਸਰੇ ਨੰਬਰ 'ਤੇ ਹੈ। ਪਹਿਲੇ ਆਜ਼ਾਦੀ ਉਹ ਸੀ ਜਿਹੜੀ ਦਿਲਵਾਈ, ਅੱਜ ਜੋ ਉਹਦਾ ਇਤਿਹਾਸ ਬੰਦ ਹੋ ਚੁੱਕਿਆ ਸੀ, ਲੁਕ ਗਿਆ ਸੀ, ਉਹ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਔਰ ਦਿੱਲੀ ਗੁਰਦੁਆਰਾ ਕਮੇਟੀ ਦੀ ਸਾਰੀ ਟੀਮ ਨੇ ਉਹਨੂੰ ਇੱਕ ਦੀਵੇ ਦੇ ਵਿੱਚ ਪੜੋ ਕੇ ਸੰਸਾਰ ਭਰ ਦੇ ਲੋਕ, ਜਿੱਥੇ ਜਿੱਥੇ ਪੰਜਾਬੀ ਬੈਠਾ, ਜਿੱਥੇ ਹਰ ਧਰਮਾਂ ਦੇ ਲੋਕ ਬੈਠੇ ਹਨ, ਉਹਨਾਂ ਨੂੰ ਦਿਖਾਇਆ। ਤੁਸੀਂ ਦੇਖਣਾ 24 ਤਰੀਕ ਨੂੰ ਜਿਹੜੀ ਜੂਨ ਦੀ ਆ ਰਹੀ ਹੈ, ਜਦ ਕੀਰਤਨ ਦਰਬਾਰ ਅਸੀਂ ਉਹਦੇ ਕੁਤਬ ਮੀਨਾਰ ਦੇ ਅੰਦਰ ਰੱਖਾਂਗੇ ਨਾ, ਸਾਹਮਣੇ ਕੀਰਤਨ ਹੋ ਰਿਹਾ ਹੋਏਗਾ ਅਤੇ ਪਿੱਛੇ ਲਾਈਟਾਂ ਪੈਂਦੀ, ਉਹ ਕੁਤਬ ਮੀਨਾਰ ਨਜ਼ਰ ਆਏਗੀ, ਉਹ ਇਤਿਹਾਸ ਲਗਾਏਗੀ ਕਿ ਇਸੀ ਜਗ੍ਹਾ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਿਆ ਗਿਆ ਸੀ, ਅਤੇ ਜੰਬੂਰਾ ਦੇ ਨਾਲ, ਅਤੇ ਉਹਨਾਂ ਦੇ ਜਿਹੜਾ ਬੱਚਾ ਸੀ ਉਹਦਾ ਕਲੇਜਾ ਜੋ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਸੀ, ਮਗਰ ਉਹਨਾਂ ਨੇ ਜੋ ਕੁਰਬਾਨੀ ਦਿੱਤੀ, ਉਹ ਉਸ ਦਿਨ ਉੱਥੇ ਉਜਾਗਰ ਹੋਏਗੀ। ਲੋਕ ਪੁੱਛਣਗੇ ਕਿ ਇਹ ਬੰਦਾ ਬਹਾਦਰ ਕੌਣ ਸੀ, ਫਿਰ ਅਸੀਂ ਦੱਸਾਂਗੇ, ਕੀਰਤਨ ਰਾਜ ਦੱਸਾਂਗੇ, ਕਥਾ ਦੱਸਾਂਗੇ। ਅੱਜ ਅਸੀਂ ਪੂਰੇ ਸਟੇਟਾਂ ਦੇ ਵਿੱਚ ਕੀਰਤਨ ਦਰਬਾਰ ਕਰਵਾਉਂਦੇ ਪਏ ਹਾਂ, ਸੈਮੀਨਾਰ ਕਰਵਾ ਰਹੇ ਹਾਂ ਅਸੀਂ, ਇੱਥੋਂ ਜੋ ਮੈਰਥਨ ਦੌੜ ਹੋਏਗੀ ਰਾਸ਼ਟਰਪਤੀ ਭਵਨ ਤੋਂ ਲੈ ਕੇ ਰਕਾਬਗੰਜ ਤੱਕ, ਉਸ ਤੋਂ ਬਾਅਦ ਕਈ ਪ੍ਰੋਗਰਾਮ ਹੈਗੇ ਲਾਈਟ ਐਂਡ ਸਾਊਂਡ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ, ਉਸ ਜਰਨੈਲ ਨੂੰ ਅਸੀਂ ਇਸ ਸੰਸਾਰ ਦੇ ਅੱਗੇ ਲੈ ਕੇ ਆਉਣਾ ਕਿ ਪਹਿਲੀ ਆਜ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀ ਸੀ, ਉਹ ਸੰਸਾਰ ਭਰ ਸਾਡੀ ਜੋ ਪੀੜ੍ਹੀ ਹੈ ਉਹਨੂੰ ਵੀ ਪਤਾ ਲੱਗੇਗਾ ਬੰਦਾ ਸਿੰਘ ਬਹਾਦਰ ਬਾਰੇ। ਬਹੁਤ ਵਧੀਆ ਵਿਜ਼ਨ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਬਾਬਾ ਬੰਦਾ ਸਿੰਘ ਜੀ ਬਹਾਦਰ, ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ, ਦਿਲ ਕੰਬਾਉਣ ਵਾਲਾ ਇਤਿਹਾਸ ਅੱਜ ਘਰ ਘਰ ਵਿੱਚ ਸਾਡੇ ਬੱਚਿਆਂ ਕੋਲ ਪਹੁੰਚੇਗਾ ਕਿ ਅਜਿਹਾ ਜਰਨੈਲ ਵੀ ਸੀ ਜਿਹਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਪਰ ਆਪਣੇ ਕੋਲ ਕੁਛ ਵੀ ਨਹੀਂ ਰੱਖਿਆ। ਜੇ ਅਸੀਂ ਉਸ ਜਰਨੈਲ ਦਾ ਇਤਿਹਾਸ ਪੜ੍ਹੀਏ ਤਾਂ ਭੁਗਲ ਸਾਹਿਬ ਮੈਂ ਕੱਲ੍ਹ ਹੀ ਪੜ੍ਹ ਰਹੀ ਸੀ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਕੋਲੋਂ ਜਿਹੜੀ ਜ਼ਮੀਨ ਲੈ ਕੇ ਅੰਗਰੇਜ਼ ਮੁਗਲ ਲੈ ਲੈਂਦੇ ਸੀ, ਉਹਨਾਂ ਨੂੰ ਹੀ ਦੇ ਕੇ ਉਹਨਾਂ ਨੂੰ ਕਿਹਾ ਜਿਹੜਾ ਵਾਏ ਉਹੀ ਖਾਏ। ਇੱਕ ਜਿਹੜੀ ਤੁਸੀਂ ਬਹੁਤ ਵਧੀਆ ਗੱਲ ਕੀਤੀ, ਸਾਡੀ ਕੌਮ ਨੂੰ ਫਖਰ ਹੋਣਾ ਚਾਹੀਦਾ ਹੈ, ਜਥੇਦਾਰ ਮਨਜੀਤ ਸਿੰਘ ਜੀ ਦੇ ਫਾਦਰ ਜਥੇਦਾਰ ਸੰਤੋਖ ਸਿੰਘ ਜੀ ਨੇ 1962 ਦੇ ਵਿੱਚ ਪਹਿਲੀ ਵਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਗੁਰਦੁਆਰਾ ਬਣਾਇਆ, ਉਹਦੇ ਬਾਅਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਸੇ ਪਰਿਵਾਰ ਦੇ ਬੱਚੇ ਕੋਲੋਂ ਅਕੋ ਸੇਵਾ ਲਈ 3ਰੀ ਸ਼ਤਾਬਦੀ ਮਨਾਉਣ ਦੇ, ਅਤੇ ਸਾਡੀ ਸਾਰੀ ਕੌਮ ਨੂੰ ਜਿੱਥੇ ਅਸੀਂ ਫਖਰ ਕਰਦੇ ਹਾਂ ਪੂਰੀ ਲੀਡਰਸ਼ਿਪ 'ਤੇ, ਪਰ ਜਿਹੜੀ ਇਸ ਲੀਡਰਸ਼ਿਪ ਨੂੰ ਵੀ ਅਗਵਾਈ ਦੇ ਰਹੇ ਨੇ ਜਥੇਦਾਰ ਮਨਜੀਤ ਸਿੰਘ ਜੀ, ਸਰਦਾਰ ਭੋਗਲ ਜੀ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਮਿਲ ਕੇ ਇੱਕ ਵਿਜ਼ਨ ਲੈ ਕੇ ਤੁਸੀਂ ਜਿਹੜਾ ਚੱਲੇ ਹੋ, ਬਹੁਤ ਵਧੀਆ ਵਿਜ਼ਨ ਹੈ ਕਿ ਜਿਹੜਾ ਵੀ ਸੈਲਫੀ ਖਿੱਚੇਗਾ, ਅੱਜ ਕੱਲ੍ਹ ਜ਼ਮਾਨਾ ਹੀ ਸੈਲਫੀਆਂ ਦਾ ਹੈ, ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਪਿੱਕ ਆਏਗੀ ਔਰ ਉਹਦੇ ਪਿੱਛੇ ਕੁਤਬ ਮੀਨਾਰ ਦੀ ਪਿੱਕ ਆਏਗੀ, ਉਹਦੇ ਨਾਲ ਹੀ ਪਿੱਕ ਦੇ ਨਾਲ ਹੀ ਸਾਰੇ ਜਿਹੜਾ ਆਪਣੇ ਆਪ ਹਿਸਟਰੀ ਕਨਵਰਟ ਹੁੰਦੀ ਜਾਏਗੀ। ਇਹਦੇ ਲਈ ਹੋਰ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ?
ਦੇਖੋ ਆਪਾਂ ਨਾ ਲਗਾਤਾਰ ਅੱਜ ਸ਼੍ਰੋਮਣੀ ਕਮੇਟੀ ਨਾਲ ਮੀਟਿੰਗ ਵੀ ਹੈਗੀ ਸੀ, ਅਸੀਂ ਐਸੇ ਉਪਰਾਲੇ ਕਰਦੇ ਪਏ ਹਾਂ। ਅਸੀਂ ਪ੍ਰਾਈਮ ਮਿਨਿਸਟਰ ਨੂੰ, ਸਾਰੇ ਜਿਹੜੇ ਚੀਫ ਮਿਨਿਸਟਰ ਹੈਗੇ ਹਰਿਆਣਾ ਦੇ, ਜੰਮੂ ਦੇ, ਉਹਨਾਂ ਨੂੰ ਬੁਲਾ ਰਹੇ ਹਾਂ। ਜਿਸ ਦਿਨ ਉਹ ਬੁੱਤ ਉੱਥੇ ਲੱਗ ਜਾਏਗਾ, ਉਸ ਦਿਨ ਪ੍ਰਾਈਮ ਮਿਨਿਸਟਰ, ਅਸੀਂ ਜਿਹੜਾ ਇੰਦਰਾ ਗਾਂਧੀ ਸਟੇਡੀਅਮ ਹੈ, ਇਹਦੇ ਵਿੱਚ ਉਸ ਰਵਾਇਤ ਨੂੰ ਪੂਰਾ ਕਰਾਂਗੇ। ਬਟਨ ਦਬਾ ਕੇ ਉਹ ਪਰਦਾ ਉੱਠੇਗਾ। ਔਰ ਅਸੀਂ ਨਾ ਸੈਮੀਨਾਰ ਬਹੁਤ ਕਰਵਾਉਂਦੇ ਪਏ ਹਾਂ ਲੋਕਾਂ ਤੋਂ, ਮਤਲਬ ਕਿ ਗੱਲ ਹੁਣ ਜਿਹੜਾ ਨਗਰ ਕੀਰਤਨ ਆ ਰਿਹਾ, ਜਿਹੜਾ 28 ਤਰੀਕ ਨੂੰ ਦਿੱਲੀ ਪਹੁੰਚੇਗਾ ਮਜਨੂੰ ਟਿੱਲਾ, ਉਹ ਲੋਕ ਦੇਖਣਗੇ। ਫਿਰ ਉਹ ਸ਼ਸਤਰ ਆ ਰਹੇ ਹਨ, ਉਹਨਾਂ ਨੂੰ ਲੋਕ ਦੇਖਣਗੇ। ਉਹਦੇ 1000 ਬੰਦਾ ਜਿਹੜਾ ਹੈ ਨਾਲ ਚੱਲਦਾ, ਔਰ ਸੈਂਕੜੇ ਗੱਡੀਆਂ ਚੱਲਦੀਆਂ ਪਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦਾ, ਸਾਡਾ ਸਿੱਖ ਇਤਿਹਾਸ ਦਾ ਵਿਰਸਾ ਸਾਡੇ ਬੱਚਿਆਂ ਤੱਕ ਪਹੁੰਚੇ, ਇੱਕ ਬੜਾ ਹੀ ਯੋਗ ਉਪਰਾਲਾ ਹੈ ਅੱਜ ਦੇ ਐਜੂਕੇਸ਼ਨਲ ਵੇ ਦੇ ਨਾਲ ਇਹਨੂੰ ਤੁਸੀਂ ਅਡੋਪਟ ਕਰ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਕੁਛ ਇਹਦੇ ਨਾਲ ਸਾਡੇ ਬੱਚਿਆਂ ਨੂੰ ਇੱਕ ਵਾਰੀ ਪਤਾ ਲੱਗ ਜਾਏਗਾ ਕਿ ਸਾਡਾ ਕੋਈ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸੀ, ਇਹਦੇ ਬਾਰੇ ਤੁਸੀਂ ਕੀ ਹੋਰ ਕੰਮ ਕਰ ਰਹੇ ਹੋ ਕਿ ਬੱਚਿਆਂ ਤੱਕ ਇਹ ਜਿਹੜਾ ਈਜ਼ੀਲੀ? ਅਸੀਂ ਤੇ ਸਾਡੀ ਸੋਚ ਬੜੀ ਵੱਡੀ ਹੈਗੀ, ਅਸੀਂ ਤੇ ਆਪਣਾ ਉਹਨਾਂ ਦਾ, ਹੋਰ ਜਿਹੜੇ ਸਾਡੇ ਜਰਨੈਲ ਸੀ ਉਹਨਾਂ ਦੇ ਵੀ ਬੁੱਤ ਅਸੀਂ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਗਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਅਸੀਂ ਹੋਰ ਜਰਨੈਲਾਂ ਦੇ ਬੁੱਤ ਪੰਜਾਬ ਵਿੱਚ ਲਾਏ ਜਾ ਰਹੇ ਹਨ ਦੇਸ਼ ਦੀ ਰਾਜਧਾਨੀ ਦਿੱਲੀ 'ਚ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੜੀ ਵੱਡੀ ਸੰਸਥਾ ਹੈ। ਉਹਦੇ ਕਈ ਸਕੂਲ ਹਨ, ਕਾਲਜ ਹਨ, ਹੋਸਪਿਟਲ ਹਨ, ਅਤੇ ਨਾਲ ਉਹ 46 ਸੀਟਾਂ 'ਤੇ ਇੱਥੇ ਚੁਣਾਵ ਲੜਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹ ਚੁਣ ਕੇ ਆਉਂਦੀ ਹੈ। ਜਿਨ ਪਾਰਲੀਆਮੈਂਟ ਦਾ ਐਕਟ ਹੈ, ਉਂਝ ਹੀ ਗੁਰਦੁਆਰਾ ਕਮੇਟੀ ਦਾ ਐਕਟ ਹੈ। ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਤਿਹਾਸ ਨੂੰ ਉਜਾਗਰ ਕਰਾਂਗੇ, ਔਰ ਆਪਣੇ ਜਰਨੈਲਾਂ ਦੇ ਬੁੱਤ ਅਸੀਂ ਦਿੱਲੀ, ਦੇਸ਼ ਦੀ ਰਾਜਧਾਨੀ ਦਿੱਲੀ 'ਚ ਲਗਾਵਾਂਗੇ। ਬਹੁਤ ਵਧੀਆ ਉਪਰਾਲਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਘਰ ਘਰ ਵਿੱਚ ਪਹੁੰਚਾਉਣ ਦੇ ਲਈ, ਜਿਹੜਾ ਐਜੂਕੇਸ਼ਨਲ ਤਰੀਕੇ ਦੇ ਨਾਲ, ਕੁਆਲੀਫਾਈਡ ਤਰੀਕੇ ਦੇ ਨਾਲ ਇਹ ਘਰ ਘਰ ਵਿੱਚ ਪਹੁੰਚਾਇਆ ਜਾ ਰਿਹਾ। ਉਹਦੇ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਅੱਗੋਂ ਵੀ ਸਾਡਾ ਪਲਾਨ ਹੈ, ਸਾਡੇ ਜਰਨੈਲ ਜਿਹੜੇ ਨੇ ਜਿਵੇਂ ਸਰਦਾਰ ਹਰਿ ਸਿੰਘ ਨਲੂਆ, ਜੇ ਬਾਹਰ ਦੀ ਫੋਰਨ ਦੀ ਗਵਰਨਮੈਂਟ ਉਹਨਾਂ ਨੂੰ ਜਿਹੜੀ ਇਹ ਅਵਾਰਡ ਦੇ ਰਹੀ ਹੈ ਅੱਜ, ਉਹਨਾਂ ਨੂੰ ਇੱਕ ਬੈਸਟ ਜਿਹੜਾ ਸਾਡਾ ਸਰਦਾਰ, ਬੈਸਟ ਲੀਡਰ ਦਾ ਅਵਾਰਡ ਮਿਲ ਰਿਹਾ, ਅਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਅਤੇ ਸਾਨੂੰ ਮਾਣ ਹੈ ਕਿ ਅੱਜ ਸਾਡੀ ਲੀਡਰਸ਼ਿਪ ਵੀ ਇਹਦੇ ਲਈ ਅਵੇਅਰ ਹੋਈ ਹੈ, ਔਰ ਸਾਡੇ ਬੱਚਿਆਂ ਤੱਕ ਇਹ ਇਤਿਹਾਸ ਪਹੁੰਚੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।